हाँ जी दर्शकों, थोड़ा सारे स्वागत है एपीपी न्यूज़ दे। आज आप थोड़े लेके आ रहे लाइव रिपोर्टिंग पंजाब दा की मौसम दा हाल होया वा। जिवें कि तुसी देख सकते हो, असीं कहो जे एरिया च खड़े हां जिथे कि अज तो थोड़े महीने पहला बहुत ज्यादा रौनकां हुंदियां सी। हुण जिस तरह की गर्मी वधदी पई है उस तरह ही रौनकां घट रहियां ने, क्योंकि घर दे आपदे बच्चे नूं बाहर नहीं भेज रहे। ते इत्थे तुसी देख सकते हो काफी तरह के पेड़ पौधे उग रहे हैं। इस टाइम इत्थे मैं ते मेरे कैमरामैन है, कोई होर पर्सन तुहानू इत्थे नहीं दिखेगा, बिकॉज बहुत ज्यादा गर्मी हो रही है। हाँ जी इधर आयो, मैनू बुलाया। हाँ जी हाँ जी, ਤੁਸੀਂ ਇੱਥੇ ਕੀ ਕਰਨ ਆਏ ਹੋ? ਸਕੂਲ ਚੱਲਿਆ ਸੀਗਾ ਉੱਥੇ। ਇੱਕ ਮਿੰਟ ਤੁਸੀਂ ਆ ਮਾਈਕ ਲਓ, ਪਹਿਲੇ ਆ ਮਾਈਕ ਲਗਾਓ। ਓਏ ਇੱਧਰ 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 ਮਾਈਕ ਲਗਾਓ, ਆਪਾਂ ਤੁਹਾਡਾ ਇੰਟਰਵਿਊ ਲੈ ਰਹੇ ਆ। ਮੈਨੂੰ ਲੱਗੇ ਟੋਫੀ ਦਿੱਤੀ ਆ, ਇਹ ਕਿੱਥੇ ਲਗਾਉਣਾ? ਇਹਨੂੰ ਤੁਸੀਂ ਆਪਣੀ ਪਾਕਟ ਤੇ ਲਗਾ ਦਿਓ। ਲਗਾ ਲਓ ਲਗਾ ਲਓ ਲਗਾ ਲਓ ਇੱਥੇ। ਹਾਂ ਲਗਾ ਲਓ, ਸਹੀ ਆ। ਤੇ ਤੁਸੀਂ ਤੁਹਾਡਾ ਨਾਮ ਦੱਸੋ ਪਹਿਲੇ। ਸੌਰੀ ਤੁਹਾਡੇ ਕੋਲ ਮਾਈਕ ਹੈ, ਉਹ ਦੇਖੋ ਸਾਹਮਣੇ ਕੈਮਰਾ ਚੱਲਦਾ ਨਾ, ਉੱਥੇ ਦੇਖੋ ਪਹਿਲੇ। ਮੇਰੀ ਵੀਡੀਓ ਬਣਦੀ ਆ? ਹਾਂਜੀ ਮੇਰੀ ਰੀਲ ਬਣਾ ਦੋਗੇ, ਇੱਕ ਇੰਸਟਾ ਤੇ ਪਾ ਦੂੰਗਾ। ਇੱਕ ਹੀ ਇੱਕ ਹੀ, ਉਹ ਸਭ ਗੱਲ ਛੱਡੋ, ਪਹਿਲੇ ਤੁਸੀਂ ਇਹ ਦੱਸੋ ਆਪਣੇ ਦਰਸ਼ਕਾਂ ਨੂੰ ਤੁਹਾਡਾ ਨਾਮ ਕੀ ਹੈ। ਹਮ 6ਵੀਂ ਕਲਾਸ ਮੈਂ ਪੜ੍ਹਤਾ ਹੈ। ਐਸੇ ਆਪਕਾ ਆਵਾਜ਼ ਆ ਜਾਏਗੀ, ਆਵਾਜ਼ ਤੁਹਾਡੀ ਆ ਜਾਂਦੀ ਹੈ। ਹਾਂਜੀ ਸਿੱਧਾ ਹੋ ਕੇ ਬੋਲ ਪੋ। ਇਸਕੀ ਤਾਰ ਕਹਾਂ ਪੇ ਹੈ? ਉਹ ਨਾਲ ਡਾਇਰੈਕਟ ਕਨੈਕਟ ਹੈ। अच्छा हाँ जी, ਤੁਸੀਂ ਇਹ ਦੱਸੋ ਵੀ ਜਿਵੇਂ ਕਿ ਇਹ ਜਿਹੜਾ ਏਰੀਆ ਹੈਗਾ ਵਾ ਹਨਾ, ਇੱਥੇ ਕਾਫੀ ਬੱਚੇ ਖੇਡਣ ਆਉਂਦੇ ਸੀਗੇ, ਤੇ ਹੁਣ ਇੱਥੇ ਇੰਨਾ ਸ਼ਾਂਤ ਕਿਉਂ? ਤੁਸੀਂ ਇੱਥੇ ਕੀ ਕਰਨ ਆਏ ਹੋ? ਘਰਦਿਆਂ ਨੇ ਭੇਜੇ ਸੀ, ਕਹਿੰਦੇ ਸਕੂਲ ਜਾਂਦਾ ਰਸਤੇ ਛਬੀਲ ਲਿਆ ਦੀ। ਮੈਂ ਦੋਸਤ ਵੀ ਉੱਥੇ ਖੜੇ, ਡੋਲੂ ਚੱਕੀ ਮੈਂ ਚੱਲਿਆ ਹੀ ਆ। ਅੱਛਾ, ਤੇ ਮਤਲਬ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਤੁਸੀਂ ਆਪਣੇ ਦੋਸਤਾਂ ਨੂੰ ਲਾਈਕ ਛਬੀਲ ਵਾਲੀ ਜਗ੍ਹਾ ਤੇ ਮਿਲਦੇ ਹੋ? ਮੇਰੇ ਦੋਸਤ ਉੱਥੇ ਹੀ ਖੜੇ, ਡੋਲੂ ਚੱਕਿਆ। ਤੁਸੀਂ ਵੀ ਚਲੋ, ਡੋਲੂ ਹੈਗਾ ਮੇਰੇ ਕੋ ਬੈਗ। ਨਹੀਂ ਨਹੀਂ ਨਹੀਂ, ਕੋਈ ਨਹੀਂ ਕੋਈ ਨਹੀਂ, ਤੁਸੀਂ ਜਾਇਆ ਹੀ ਬਾਅਦ ਵਿੱਚ, ਪਹਿਲੇ ਆਪਾਂ ਚਾਰ ਗੱਲਾਂ ਕਰ ਲੈਂਦੇ ਆ। ਤੇ ਤੁਸੀਂ ਪਹਿਲੇ ਆਪਣਾ ਨਾਮ ਦੱਸੋ, ਕੀ ਹੈ ਤੁਹਾਡਾ? ਮੇਰਾ ਨਾਮ ਹੈ, ਉੱਥੇ ਲਿਖਿਆ ਹੋਇਆ ਸਕੂਲ ਦੇ ਬਲੈਕ ਬੋਰਡ ਤੇ ਪਹਿਲੇ ਨੰਬਰ ਤੇ, 1 ਰੋਲ ਨੰਬਰ ਹੈ ਮੇਰਾ। ਅੱਛਾ, ਕਿਹੜੇ ਸਕੂਲ ਪੜ੍ਹਦੇ ਹੋ ਤੁਸੀਂ? ਉਹ ਜਿਹੜਾ ਖੱਬੇ ਹੱਥ ਜਾ ਕੇ ਸੱਜੇ ਹੱਥ ਨੂੰ ਮੁੜ ਕੇ, ਮੇਰੀ ਪਹਿਲੀ ਦੂਜੀ ਕਲਾਸ ਹੀ ਹੋ। ਪਹਿਲੀ ਦੂਜੀ ਕਲਾਸ ਪੜ੍ਹਦੇ ਹੋ? ਨਹੀਂ, ਪਹਿਲੀ ਲੰਘ ਕੇ ਜਿਹੜੀ ਦੂਜੀ ਕਲਾਸ ਹੁੰਦੀ ਉਹੀ ਕਲਾਸ ਹੈ ਮੇਰੀ। ਠੀਕ ਹੈ, ਤੇ ਮਤਲਬ ਕਿ ਤੁਸੀਂ ਜਿਵੇਂ ਕਹਿ ਰਹੇ ਹੋ ਵੀ ਤੁਹਾਡੇ ਦੋਸਤ ਹੈਗੇ, ਤੁਹਾਨੂੰ ਛਬੀਲ ਵਾਲੀ ਜਗ੍ਹਾ ਤੇ ਮਿਲਣਗੇ, ਇਸ ਤੋਂ ਇਲਾਵਾ ਜੋ ਤੁਸੀਂ ਸਕੂਲ ਚ ਖੇਡਦੇ ਹੁੰਦੇ ਹੋ ਜਾਂ ਤੁਸੀਂ ਕਿਤੇ ਬਾਹਰ ਖੇਡਣ ਆਉਂਦੇ ਹੋ, ਤਾਂ ਕੀ ਮਾਹੌਲ ਆ ਗਰਮੀ ਦੀ? ਵੀ ਤੁਹਾਡੇ ਘਰ ਦੇ ਤੁਹਾਨੂੰ ਭੇਜ ਦਿੰਦੇ ਦੋਸਤਾਂ ਨਾਲ ਖੇਡਣ ਲਈ, ਜਾਂ ਹਮਕੋ ਬੋਲਤੇ ਹੈ ਗਰੇ ਨਾ ਬੜੀ? ਅੱਛਾ, ਤੁਹਾਡਾ ਪੰਜਾਬੀ ਨਾਲ ਕੋਈ ਯੁੱਧ ਚੱਲਦਾ ਪਿਆ? ਤੁਸੀਂ ਪੰਜਾਬੀ ਬੋਲ ਸਕਦੇ ਹੋ? ਬਹੁਤ ਮੁਸ਼ਕਿਲ ਬਾਤ ਹੈ, ਪੰਜਾਬੀ ਨਹੀਂ, ਜੰਗ ਨਹੀਂ ਲੱਗਣੀ ਚਾਹੀਦੀ। ਨਹੀਂ, ਓਕੇ, ਥੋੜਾ ਮੋਟਾ ਪੰਜਾਬੀ ਚ ਗੱਲਬਾਤ ਕਰਦੇ ਆ ਨਾ ਆਪਾਂ, ਤੁਹਾਨੂੰ ਆਉਂਦੀ ਆ? ਹਾਂ, ਬੋਲੀ ਜਾਂਦੇ ਆ। ਹਾਂ, ਅਸੀਂ ਬੋਲਦੇ ਪਏ ਆ ਨਾ। ਠੀਕ ਆ, ਤੁਸੀਂ ਪੰਜਾਬ ਦੇ ਹੋ ਕਿ ਬਾਹਰੋਂ ਆਏ? ਹਾਂਜੀ ਹਾਂਜੀ ਹਾਂਜੀ, ਪੰਜਾਬੀ ਆ ਮੈਂ। ਠੀਕ ਹੈ, ਮੇਰੇ ਆਧਾਰ ਕਾਰਡ ਤੇ ਵੀ ਪੰਜਾਬੀ ਲਿਖਿਆ। ਠੀਕ ਆ, ਤੁਹਾਡੇ ਆਧਾਰ ਕਾਰਡ ਤੇ ਪੰਜਾਬੀ ਵੀ ਲਿਖਦੇ ਆ? ਹਾਂਜੀ। ਓਕੇ, ਤੇ ਮੇਰਾ ਫੋਨ ਨੰਬਰ ਵੀ ਆ ਉਹਦੇ ਤੇ? ਨਹੀਂ, ਤੁਹਾਡਾ ਫੋਨ ਨੰਬਰ ਸਾਨੂੰ ਕੋਈ ਲੋੜ ਨਹੀਂ ਹੈਗੀ ਵੈਸੇ। ਅੱਛਾ, ਕਦੇ ਇੰਟਰਵਿਊ ਕਰੇ? ਨਹੀਂ 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 ਨਹੀਂ, ਬਹੁਤ ਆ ਬਹੁਤ ਆ। ਤੇ ਤੁਸੀਂ ਸਾਨੂੰ ਇਹ ਦੱਸੋ, ਤੁਸੀਂ ਕਿਹੜੇ ਕਿਹੜੇ ਮਤਲਬ ਕਿ ਜਿਵੇਂ ਤੁਸੀਂ ਸਟੂਡੈਂਟ ਹੋ ਹਨਾ, 6th ਕਲਾਸ ਪੜ੍ਹਦੇ ਹੋ? 6th ਕਲਾਸ, ਓਕੇ, ਕਿਹੜੇ ਕਿਹੜੇ ਸਬਜੈਕਟ ਆ ਤੁਹਾਡੇ? ਮੇਰੇ ਕੋਲ ਹਿੰਦੀ ਆ ਜੀ, ਇੰਗਲਿਸ਼ ਆ, ਇੱਕ ਡੋਲੂ ਆ, ਇੱਕ ਗਲਾਸ ਆ, ਇੱਕ ਪੰਜਾਬੀ ਵੀ ਆ ਜੀ, ਤੇ ਮੇਰੇ ਕੋਲ ਮੈਥ ਵੀ ਆ। ਨਹੀਂ ਨਹੀਂ ਨਹੀਂ, ਤੁਹਾਡੇ ਕੋਲ ਕਿਹੜੇ ਕਿਹੜੇ ਸਬਜੈਕਟ ਰੱਖੇ ਹੋਏ ਤੁਸੀਂ ਸਕੂਲ ਦੇ ਵਿੱਚ? ਕਿਹੜੇ ਕਿਹੜੇ ਵਿਸ਼ੇ ਤੁਹਾਡੇ ਕੋਲ ਹੈਗੇ ਜਿਹਦੇ ਤੁਸੀਂ ਪੜ੍ਹਾਈ ਕਰਨ ਜਾਂਦੇ ਹੋ? ਇੰਗਲਿਸ਼, ਚਲ ਛੱਡੋ, ਮੈਨੂੰ ਨਹੀਂ ਪਤਾ, ਮੈਂ ਬੱਚਾ ਤਾਂ ਬਹੁਤ ਹੋਣਾ ਰਾ ਬਈ, ਬਸ ਇਹਨੂੰ ਥੋੜਾ ਜਿਹਾ ਦਿਮਾਗ ਹੈ ਨਹੀਂ। ਮੈਂ ਚੱਲਿਆ। ਨਹੀਂ 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 ਨਹੀਂ, ਮੇਰੀ ਗੱਲ ਤਾਂ ਸੁਣੋ, ਆਪਾਂ ਹਲੇ ਗੱਲਾਂ ਬਾਤਾਂ ਪੂਰੀਆਂ ਨਹੀਂ ਕੀਤੀਆਂ, ਤੇ ਬਾਕੀ ਆਪਾਂ ਨੂੰ ਇਹਨਾਂ ਨਾਲ ਗੱਲਬਾਤ ਕਰਕੇ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ, ਬਿਕੋਜ਼ ਇਹ ਬਹੁਤ ਹੀ ਚੰਗੀ ਤਰ੍ਹਾਂ ਬੋਲਦੇ। ਸਾਹਮਣੇ ਕਾ ਜੋ, ਹਾਂ ਇੱਥੇ ਕਰ ਜੋ, ਤੇ ਬਾਕੀ ਆਪਾਂ ਨੂੰ ਪੁੱਛਦੇ ਆ, ਅਗਰ ਦੇਖੋ ਤੁਸੀਂ ਜਿਵੇਂ ਸਕੂਲ ਜਾਂਦੇ ਹੋ ਨਾ, ਕਈ ਵਾਰ ਤੁਹਾਡਾ ਕਲਾਸ ਲਗਾਉਣ ਦਾ ਨਹੀਂ ਮਨ ਕਰਦਾ, ਤਾਂ ਤੁਸੀਂ ਸਕੂਲੋਂ ਮਤਲਬ ਕਿ ਕਲਾਸ ਤੋਂ ਬਾਹਰ ਆ ਜਾਂਦੇ ਹੋ ਬਿਨਾਂ ਦੱਸੇ? ਮੈਂ ਬੰਕ ਲਗਾਉਂ ਨਾਲ, ਮੈਂ ਹੁਣੇ ਆ ਤੇ ਡੋਲੂ ਲੈ ਕੇ ਚੱਲਿਆ। ਮੈਂ ਕਿਹਾ ਅੱਜ ਕੱਲ੍ਹ ਫਿਰ ਬੰਕ ਤੇ ਆਏ ਹੋ? ਦੱਸਿਓ ਨਾ ਕਿਸੇ ਨੂੰ, ਵੀਡੀਓ ਨੈਟ ਤੇ ਤਾਂ ਨਹੀਂ ਪੈਣੀ? ਨੈਟ ਦੀ ਪੈਣੀ ਹੈ ਜੀ, ਲਾਈਵ ਚੱਲਦਾ ਪਿਆ ਇਹ। ਨਾ ਫਿਰ ਆ ਸੀਨ ਕੱਟ ਦਿਓ ਬੰਕ ਵਾਲਾ, ਇਹ ਨਹੀਂ ਮੈਂ ਲਾਉਣਾ। ਕੈਮਰਾ ਬੰਦ ਕਰ ਦੇ। ਨਹੀਂ, ਕੈਮਰਾ ਨਹੀਂ ਬੰਦ ਹੋਣਾ, ਆਪਾਂ ਇੰਟਰਵਿਊ ਚੱਲਦਾ ਪਿਆ ਲਾਈਵ ਆਪਣਾ। ਆਪਾਂ ਤਾਂ ਵੈਸੇ ਮੌਸਮ ਦੀ ਜਾਣਕਾਰੀ ਲੈਣ ਆਏ ਸੀਗੇ, ਤੇ ਤੁਹਾਨੂੰ ਤੁਸੀਂ ਟੱਕਰ ਗਏ ਸੀ ਵੀ ਅੱਜ ਦੇ ਲਾਈਕ ਜਨਰੇਸ਼ਨ ਤੋਂ ਪਤਾ ਅੱਜ ਕਰੀਏ ਵੀ ਕੀ ਉਹਨਾਂ ਦੇ ਲਾਈਕ ਜਦੋਂ ਨਹੀਂ ਖੇਡਦੇ ਹਨਾ, ਉਹ ਬਾਹਰ ਆ ਕੇ ਉਹਨਾਂ ਦੇ ਕੀ ਵਿਚਾਰ ਉੱਠਦੇ ਆ ਅੰਦਰੋਂ, ਤੇ ਇਹ ਤਾਂ ਮੈਂ ਕਹਿੰਦੀ ਕੋਈ ਜ਼ਿਆਦਾ। ਨਹੀਂ ਮੈਂ ਖੇਡਦਾ ਜੀ, ਗਲੀ 'ਚ ਬਹੁਤ ਜਵਾਕ ਆ ਸਾਡੇ, ਤੁਹਾਡੇ ਕੈਮਰਾਮੈਨ ਵਰਗੇ ਬਹੁਤ ਜਵਾਕ ਆ। ਕੈਮਰਾਮੈਨ ਸਾਡਾ ਜਵਾਕ ਨਹੀਂ ਹੈਗਾ। ਨਹੀਂ ਫਿਰ ਵੀ ਬਹੁਤ ਜਵਾਕ ਆ ਸਾਡੇ ਮਹੱਲੇ 'ਚ, ਅਸੀਂ ਬਹੁਤ ਖੇਡਦੇ ਹਾਂ, ਅਸੀਂ ਬੰਟੇ ਵੀ ਖੇਡਦੇ ਹਾਂ, ਅਸੀਂ ਭੱਜਣ ਭੱਜਣ ਵੀ ਖੇਡਦੇ ਹਾਂ।
जिम्मे कि तुसी कहने भी तुसी हुन भी बंक थे हो, अगर थोड़े स्कूल दे टीचर्स नू अध्यापकां नू पता भी लग गए भी तुसी बंक ते गए हो तो थोड़े मारदे मुरदे तां नहीं हो? नहीं मैनू सौं लग्या, मैं गले ते हाथ रख के सो खाना, मैनू जमा नहीं मारदे, लत्तां ही मारदे आ। नहीं मेरे थप्पड़ जमा नहीं मारदे। अच्छा। बस लत्तां ही मारदे आ। लत्तां ही मारदे बस, ठीक है, इन्हें सिर्फ लत्तां ही बसदे, थप्पड़ नहीं बसदे। ओके, ते जिम्मे तुसी कह रहे हो भी तुसी दुपहरे जाके ना अपने घर दे बाहर खेडदे हो, घर दे तुहानू कुछ कहंदे नहीं कि भी अंदर आ जा, बाहर इन्नी गर्मी आ? ओ कहंदे घरे ना बड़ी सारा दिन। फिर तुसी कि मेरे रहने कि मैं हो, मतलब कि जा स्कूल वाले तुहानू स्कूल नहीं पढ़दे, घर वाले तुहानू घर नहीं पढ़दे? नहीं पढ़दे तां सारे किते आ, मैं जांदा ही नहीं। अच्छा ठीक है, आप भी नहीं जांदे, देख लो साडी अजकल की जनरेशन किहो जी आ। बहुत वधिया, चल मेरा पानी गर्म हुंदा फिर शबील ते मैं जाना वा, इधर दी जाके इधर नु मुड़ना मैं बाद। चल ठीक है, चल मैं जाना। ठीक है, ओए 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 मेरे माइक तो देख के जाओ। मेनू दिता नहीं रखन नु? रखन नु नहीं दिता, थोड़ा इंटरव्यू चल रहा सी। इंटरव्यू नेट देना पायो? नेट दी तो पैनी है भाई। एक रील बना ला। रील थोड़ी मैं बाद बना देनी है, रील भी बनोगी बजे थोड़े घर दे तो। आ एक रील आ दरख्त को नहीं, एक रील एक देख चुके गल बात करके भी जिम्मे छबील पानी पीवांगे नाले घरे ले जाओ दो बोतल दो लीटर चलिए चल आज इनू तो इतने रख दो लेना आज की गल पानी नहीं बढ़िया लगना नहीं चार मिनट ਇਹਨਾਂ ਦਿਮਾਗ ਖਰਾਬ ਕਰਨ ਆ ਜਾਂਦੇ ਇਹਨਾਂ ਨੂੰ, ਬਸ ਇੱਕ ਵਾਰ ਵੀਡੀਓ ਚ ਕੀ ਲੈ ਲਓ। ਤੇ ਜਿਵੇਂ ਕਿ ਤੁਸੀਂ ਦੇਖਿਆ ਗੱਲਬਾਤ ਕਰਕੇ ਹਨਾ, ਸਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਇੱਥੋਂ ਦਾ ਮਾਹੌਲ ਦੇਖ ਕੇ, ਕਾਫੀ ਖੁਸ਼ਨੁਮਾ ਮਾਹੌਲ ਆ ਬਿਕੋਜ਼ ਚਾਰੋਂ ਪਾਸੇ ਪੇੜ ਹੀ ਪੇੜ ਆ, ਕੋਈ ਵੀ ਬੰਦਾ ਦੇਖਣ ਨੂੰ ਨਹੀਂ ਮਿਲ ਰਿਹਾ। ਤੇ ਬਾਕੀ ਆਪਣਾ ਅੱਜ ਦਾ ਦਿਨ ਤਾਂ ਉਹਨੇ ਪੂਰਾ ਚੰਗੀ ਤਰ੍ਹਾਂ ਖਰਾਬ ਕਰ ਹੀ ਦਿੱਤਾ, ਤੇ ਆਪਾਂ ਇੱਥੇ ਛੱਡਦੇ ਆ ਰਿਪੋਰਟਿੰਗ, ਤੇ ਆਪਾਂ ਕੱਲ ਇੱਕ ਹੋਰ ਘੈਂਟ ਜੀ ਨਿਊਜ਼ ਨਾਲ ਤੁਹਾਡੇ ਸਾਹਮਣੇ ਆਉਂਦੇ ਆ, ਤੇ ਉਦੋਂ ਤੱਕ ਤੁਸੀਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਇੱਕ ਹੋਰ ਵੀਡੀਓ ਦੇਖਣ ਦੇ ਲਈ। Thanks for watching.